ਮੈਂ ਜੀ ਗੁਰਦਿਆਲ ਸਿੰਘ, ਮੇਰਾ ਭਨੇਵਾ ਮੇਰੇ ਨਾਲ ਹੀ ਮੇਰਾ ਪਿੰਡ ਰਸੂਲ ਭੱਟ ਪ੍ਰਿਆ ਆ। ਅਸੀਂ ਫਤਿਹਗੜ੍ਹ ਚੂੜੀਆਂ ਕੁਝ ਸਮਾਨ ਲੈਣ ਚੱਲੇ ਸੀ, ਨਾਲੇ ਮੇਰਾ ਭਨੇਵਾ ਸੀ ਦੀਪਕ ਸਿੰਘ। ਅਸੀਂ ਆਪਣੇ ਪਿੰਡ ਦੇ ਮੋੜ ਤੇ ਗਏ ਆ, ਉੱਥੇ ਅਗਲੇ ਬੰਨੇ ਦੂਸਰੀ ਧਿਰ ਖੜੀ ਸੀ, ਮੁੰਡੇ ਮੁੰਡੇ ਲੈ ਕੇ, ਦੋ ਆਪ ਹੀ ਤਿੰਨ ਚਾਰ ਜਣੇ ਮੁੰਡੇ ਸੀ, ਉਹਨਾਂ ਨੇ ਸਾਨੂੰ ਘੇਰ ਕੇ ਸਾਡੀਆਂ ਸੱਟਾਂ ਸੁੱਟਾਂ ਲਾਈਆਂ। ਉਹਨਾਂ ਕੋਲ ਤੇਜ਼ਧਾਰ ਹਥਿਆਰ ਸੀ, ਕਿਰਚਾਂ ਸੀ ਉਹਨਾਂ ਕੋਲ, ਦਾਤਰ ਸੀ, ਹੋਰ ਵੀ ਕਈ ਹਥਿਆਰ ਸੀ ਉਹਨਾਂ ਦੇ। ਉਹਨਾਂ ਨੇ ਸਾਡੇ 'ਤੇ ਯਕਦਮ ਹਮਲਾ ਕਰਤਾ, ਅਸੀਂ ਮਹਾਂ ਉੱਥੋਂ ਜਾਨ ਬਚਾ ਕੇ ਭੱਜੇ ਹਾਂ। ਮੇਰੇ ਜੀ ਆ ਲੈਫਟ ਸਾਈਡ, ਮੇਰੇ ਪਤਾ ਨਹੀਂ ਕੋਈ ਤੇਜ਼ ਦਾ ਹਥਿਆਰ, ਜਿੱਦਾਂ ਮੈਨੂੰ ਲੱਗਾ ਵੀ ਕਿਰਚ ਵਗੈਰਾ ਜਿੱਦਾਂ ਵੱਜੀ ਹੋਵੇ, ਜਿੱਦਾਂ ਉਹਨਾਂ ਨੇ ਮਤਲਬ ਹਥਿਆਰ ਦਾ ਕੀਤਾ ਆ, ਅਸੀਂ ਆਪਣੀ ਭੱਜ ਕੇ ਬਹੁਤ ਮੁਸ਼ਕਲ ਜਾਨ ਬਚਾਈ। ਕਿੰਨੇ ਜਣੇ ਸੀ? ਦੋ ਜੀ, ਦੋ ਜਣੇ ਉਹ ਆਪ ਜੀ ਤੇ ਤਿੰਨ ਚਾਰ ਅੰਨ ਪਛਾਤੇ ਉਹਨਾਂ ਨਾਲ ਮੁੰਡੇ ਸੀ। ਹਾਂਜੀ, ਪੁਲਿਸ ਹਜੇ ਤੱਕ ਨਹੀਂ ਆਈ। ਮੈਂ ਬਲਦੇਵ ਸਿੰਘ ਸਰੂਪ ਟੱਪਰੀਆਂ, ਮੇਰਾ ਬੇਟਾ ਗੁਰਦਿਆਲ ਸਿੰਘ ਅਤੇ ਸਾਡਾ ਦੋਤਰਾ ਜਿਹੜਾ ਦੀਪਕ, ਇਹ ਸ਼ਹਿਰ ਕੋਈ ਸਮਾਨ ਲੈਣ ਵਾਸਤੇ, ਸਬਜ਼ੀ ਵਗੈਰਾ ਲੈਣ ਵਾਸਤੇ ਜਾ ਰਹੇ ਸੀਗੇ। ਟਾਈਮ ਕਰੀਬ 7:30 ਵਜੇ ਦਾ ਸੀ ਅਤੇ ਰਸਤੇ ਦੇ ਵਿੱਚ ਬਟਾਲ ਰੋਡ ਦੇ ਉੱਤੇ, ਬਟਾਲ ਰੋਡ ਦੇ ਨੂੰ ਘੇਰ ਕੇ ਲਵ ਅਤੇ ਜੋਬਨ ਪੁੱਤਰ ਜੋਗਿੰਦਰ ਸਿੰਘ ਉਰਫ ਕਾਲੇ ਵਾਸੀ ਸਕੂਲ ਟੱਪਰੀਆਂ, ਇਹਨਾਂ ਦੇ ਨਾਲ ਜਿਹੜੇ ਆ ਦੋ ਤਿੰਨ ਬੰਦੇ ਜਿਹੜੇ ਅਣਪਛਾਤੇ ਸੀ, ਅਤੇ ਮੇਰੇ ਆ ਸਾਡੇ ਬੱਚਿਆਂ ਦੇ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ ਕਈ ਧਾਰ ਹਥਿਆਰਾਂ ਦੇ ਨਾਲ, ਜੋ ਕਿ ਇੱਥੇ ਫਤਿਹਗੜ੍ਹ ਚੂੜੀਆਂ ਜੇਲ੍ਹ ਲਾਜ ਨੇ। ਅਤੇ ਉਸ ਤੋਂ ਬਾਅਦ ਅੱਜ 19 ਘੰਟੇ ਬਾਅਦ ਉਹਨਾਂ ਨੇ ਝੂਠਾ ਹੀ ਮਤਲਬ ਆਪਣੇ ਮੁੰਡਿਆਂ ਦੇ ਸੱਟਾਂ ਸੱਟਾਂ ਬਾਹਰੋਂ ਲਵਾ ਕੇ ਕੱਟਣ, ਅਤੇ 19 ਘੰਟੇ ਬਾਅਦ ਫਤਿਹਗੜ੍ਹ ਚੂੜੀਆਂ ਹਸਪਤਾਲ ਦੇ ਵਿੱਚ ਦਾਖਲ ਕਰਵਾਏ। ਹਾਂਜੀ ਹਾਂਜੀ, ਅਤੇ ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ, ਅਤੇ ਜਿਨ੍ਹਾਂ ਨੇ ਝੂਠੀ ਆਪਣੇ ਘਰ ਹੀ ਉਹ ਕਿਤੇ ਵੱਢ ਕੇ ਛੱਬੀ ਬਣਵਾਈ ਆ, ਉਹਨਾਂ ਦੇ ਵਿੱਚ ਜਿਹੜਾ ਆ ਉਲਟ ਜਿਹੜਾ ਉਹਨਾਂ ਦੇ ਬਣਦਾ ਕੇਸ ਪਾਇਆ ਜਾਂਦਾ। ਮੇਰਾ ਨਾਮ ਦੀਪਕ ਆ, ਮੈਂ ਪਿੰਡ ਰਸੂਲਪੁਰ ਟੱਪਰੀਆਂ ਦਾ ਰਹਿਣ ਵਾਲਾ, ਅਤੇ ਮੈਂ ਫਤਿਹਗੜ੍ਹ ਜਾਣ ਦਿਆ ਸੀ ਆਪਣੇ ਮਾਮੇ ਨਾਲ, ਅਤੇ ਮੈਨੂੰ ਇੱਦਾਂ ਘੇਰ ਕੇ ਸਾਨੂੰ ਕੁੱਟਿਆ, ਸਾਨੂੰ ਨਹੀਂ ਪਤਾ ਸੀ ਇੱਦਾਂ ਇਹ ਕੰਮ ਹੋਣਾ, ਹੁਣ ਸਾਨੂੰ ਇਨਸਾਫ਼ ਚਾਹੀਦਾ। ਕਿੰਨੇ ਜਣੇ? 5-6 ਜਣੇ ਹੈਗੇ। ਦੋ ਪਹਿਲੇ ਹੋਇਆ ਸੀ, ਉਹ ਨਿਬੜ ਗਿਆ ਸੀ, ਹੁਣ ਇਹਨਾਂ ਨੇ ਜਾਣ ਕੇ ਲਿਆ ਇੱਦਾਂ। ਉਹਦੇ ਵਿੱਚ ਕਿਹਨੂੰ ਸੱਟਾਂ ਲੱਗੀਆਂ? ਉਹ 'ਚ ਵੀ ਮੈਨੂੰ ਲੱਗੀਆਂ। ਪਹਿਲਾਂ ਵੀ ਤੈਨੂੰ ਸੱਟਾਂ ਲੱਗੀਆਂ? ਹਾਂਜੀ। ਥਾਣੇ ਨਹੀਂ ਉਹਨਾਂ ਦਿੱਤੀ? ਨਹੀਂ ਨਹੀਂ ਪਹਿਲੇ ਉਹਨਾਂ ਨੇ ਦਿੱਤੀ, ਸਾਡੇ ਸੱਟਾਂ ਲੱਗਿਆ ਸਾਨੂੰ ਦੇ ਦਿੱਤੀਆਂ। ਤੁਹਾਡਾ ਪਹਿਲਾਂ ਵੀ ਹੋਇਆ ਝਗੜਾ? ਪਹਿਲਾਂ ਜੀ ਝਗੜਾ, ਇਹ ਬੱਚੇ ਜਿਹੜੇ ਆ ਸਾਡੇ ਕੋਲ ਹੀ ਪੀਰ ਬਾਬਾ ਗਰੀਬਿਆ ਦੀ ਜਗ੍ਹਾ ਆ, ਉੱਥੇ ਸਾਰੇ ਉੱਥੇ ਕੈਮਰੇ ਲੱਗੇ ਹੋਏ ਆ, ਇਕੱਲੀ ਇਕੱਲੀ ਇੱਥੇ ਗੱਲ ਦਾ ਪਤਾ ਲੱਗਦਾ ਆ ਕਿ ਸਾਡਾ ਬੱਚਾ ਉੱਥੇ ਵੀਰਵਾਰ ਵਾਲੇ ਵਿਆਹ ਹੀ ਮੱਥਾ ਟੇਕਣ ਗਿਆ ਸੀਗਾ, ਅਤੇ ਮੱਥਾ ਟੇਕ ਕੇ ਜਿਉਂ ਪੌੜੀਆਂ ਤੋਂ ਥੱਲੇ ਉੱਤਰ ਕੇ ਆਪਣੀਆਂ ਚੱਪਲਾਂ ਪਾ ਕੇ, ਅਤੇ ਜਦੋਂ ਥੱਲੇ ਉਤਰਿਆ ਤਾਂ ਇਹ ਡੇਅਰੀ ਦੇ ਦੁੱਧ ਲੈਣ ਵਾਸਤੇ ਤੁਰੇ, ਅਤੇ ਇਹ ਜਿਹੜੇ ਦੂਜੇ ਆ ਜੋਬਨ ਉਹ ਲਵ ਅਤੇ ਜੋਬਨ, ਇਹਨਾਂ ਅੱਗੇ ਪ੍ਰੇਰਣਕ ਬਣਾਈ ਸੀ, ਇਹਨਾਂ ਦੇ ਨਾਲ ਇੱਕ ਦੋ ਜਣੇ ਹੋਰ ਸੀਗੇ ਉਹ ਵੀ ਫਿਲਮ ਦੇ ਵਿੱਚ ਆ, ਇਹਨਾਂ ਪਿੱਛੋਂ ਦੀ ਲੋਕ ਕੇ ਸਾਡੇ ਮੁੰਡੇ ਦੇ ਵਾਰ ਕੀਤੇ, ਇਹਨਾਂ ਦੇ 50 ਘੱਟੋ ਡੰਡੇ ਮਾਰੇ, ਇਹਨਾਂ ਦੇ ਬੈਟ ਮਾਰੇ, ਲਹੂ ਲੁਹਾਣ ਕੀਤਾ ਇਹਨਾਂ ਨੇ। ਵੀਡੀਓ ਉਹਨਾਂ ਦੀ ਪੂਰੀ ਪੂਰੀ ਵੀਡੀਓ ਬਣੀ ਹੋਈ ਆ ਉਹਨਾਂ ਦੀ, ਅਤੇ ਫਿਰ ਲਹੂ ਲੁਹਾਣ ਹੋ ਕੇ ਅਤੇ ਸਾਡੇ ਮੁੰਡੇ ਜਿਹੜੇ ਆਪਣੇ ਜਦੋਂ ਘਰ ਗਏ ਅਤੇ ਸਾਨੂੰ, ਹਾਂਜੀ, ਅਤੇ ਸਾਨੂੰ ਬਥੇਰਿਆਂ ਜਣਿਆਂ ਨੇ ਕਿਹਾ ਵੀ ਤੁਹਾਡਾ ਮੁੰਡਾ ਲਹੂ ਲੁਹਾਣ ਕੀਤਾ, ਮਾਰਿਆ, ਥਾਣੇ ਚੱਲ ਜਾਓ, ਅਤੇ ਅਸੀਂ ਫਿਰ ਵੀ ਆਪਣੀ ਸਿਆਣਪ ਨੂੰ ਸਮਝਦਾ ਵੀ ਕੱਲ੍ਹ ਨੂੰ ਅਗਲਿਆਂ ਕਹਿਣਾ ਨਿਆਣਿਆਂ ਮੁੰਡਿਆਂ ਦੀ ਗੱਲ ਹੈ, ਛੱਡੋ ਛੱਡੋ, ਅਸੀਂ ਆਪਣੀ ਸ਼ਰਾਫਤ ਨੂੰ ਵਰਤਦੇ ਹੋਏ ਅਸੀਂ ਕੋਈ ਵੀ ਇਹਨਾਂ 'ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ, ਅਸੀਂ ਥਾਣੇ ਨਹੀਂ ਗਏ, ਅਤੇ ਇਹਨਾਂ ਨੇ ਉਲਟੀ ਸਾਡੇ 'ਤੇ ਅਗਲੇ ਦਿਨ ਪੁਲਿਸ ਸਾਡੇ ਘਰ ਭੇਜ ਦਿੱਤੀ, ਉਸ ਤੋਂ ਬਾਅਦ ਕੋਈ ਸਾਡਾ ਫਾਇਦਾ ਨਹੀਂ ਬਣਿਆ। ਇਹ ਫਿਰ ਮੇਰਾ ਖਿਆਲ ਵੀ 12-15 ਦਿਨਾਂ ਬਾਅਦ, 15-17 ਦਿਨਾਂ ਬਾਅਦ, ਫਿਰ
ਹਾਂਜੀ ਹਾਂਜੀ ਅਤੇ 15-17 ਦਿਨਾਂ ਬਾਅਦ ਫਿਰ ਸਾਡੇ ਮੁੰਡਿਆਂ ਨੂੰ ਘੇਰ ਕੇ ਦੇਣਾ, ਸੱਟਾਂ ਲਾ ਦੀਆਂ ਅਤੇ 19 ਘੰਟਿਆਂ ਬਾਅਦ ਝੂਠਾ ਹੀ ਕਦੇ ਕੰਟਰ ਕੁੰਟਰ ਲਵਾ ਕੇ ਦੇ ਆ ਕੇ ਦਾਖਲ ਹੋ ਗਏ ਸਾਡੇ ਦੋ ਪਰਚਾ ਬਣਾਉਣ ਲਿਆ। ਅਸੀਂ ਇਹੋ ਹੀ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਝੂਠੇ ਪਰਚੇ ਨੂੰ ਜਿਹੜਾ ਆ ਇਹਨੂੰ ਘੋਖਿਆ ਜਾਵੇ, ਇਹਦੀ ਇਨਕੁਆਇਰੀ ਕੀਤੀ ਜਾਵੇ ਅਤੇ ਸਾਡੇ ਜਿਹੜੀ ਮੁੰਡੇ ਨੂੰ ਸੱਟਾਂ ਲਾਈਆਂ ਸਾਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਆ। ਮੈਂ ਜੀ ਗੁਰਦਿਆਲ ਸਿੰਘ, ਮੇਰਾ ਆਪਣੇ ਵਾਂ ਮੇਰੇ ਨਾਲ ਹੀ ਮੇਰਾ ਪਿੰਡ ਰਸੂਲਪੁਰ ਟੱਪਰੀਆਂ ਆ। ਅਸੀਂ ਫਤਿਹਗੜ੍ਹ ਚੂੜੀਆਂ ਕੁਝ ਸਮਾਨ ਲੈਣ ਚੱਲੇ ਸੀ, ਨਾਲੇ ਮੇਰਾ ਆਪਣੇ ਵਾਂ ਹੀ ਦੀਪਕ ਸਿੰਘ। ਅਸੀਂ ਆਪਣੇ ਪਿੰਡ ਦੇ ਮੋੜ 'ਤੇ ਗਏ ਹਾਂ, ਉੱਥੇ ਅਗਲੇ ਬੰਨੇ ਦੂਸਰੀ ਧਿਰ ਖੜੀ ਸੀ, ਮੁੰਡੇ ਮੁੰਡੇ ਲੈ ਗਏ, ਦੋ ਆਪ ਹੀ 3-4 ਜਣੇ ਮੁੰਡੇ ਸੀ, ਉਹਨਾਂ ਨੇ ਸਾਨੂੰ ਘੇਰ ਕੇ ਸਾਡੀਆਂ ਸੱਟਾਂ ਸੁੱਟਾਂ ਲਾਈਆਂ। ਉਹਨਾਂ ਕੋਲ ਤੇਜ਼ਧਾਰ ਹਥਿਆਰ ਸੀ, ਕਿਰਚਾਂ ਸੀ ਇਹਨਾਂ ਕੋਲ, ਦਾਤਰ ਸੀ, ਹੋਰ ਵੀ ਕਈ ਹਥਿਆਰ ਸੀ ਉਹਨਾਂ ਦੇ। ਉਹਨਾਂ ਨੇ ਸਾਡੇ 'ਤੇ ਯਕਦਮ ਹਮਲਾ ਕਰਤਾ, ਅਸੀਂ ਮਹਾਂ ਉੱਥੋਂ ਜਾਨ ਬਚਾ ਕੇ ਭੱਜੇ ਹਾਂ। ਮੇਰੇ ਜੀ ਆ ਲੈਫਟ ਸਾਈਡ, ਮੇਰੇ ਪਤਾ ਨਹੀਂ ਕੋਈ ਤੇਜ਼ ਦਾ ਹਥਿਆਰ, ਜਿੱਦਾਂ ਮੈਨੂੰ ਲੱਗਾ ਵੀ ਕਿਰਚ ਵਗੈਰਾ ਜਿੱਦਾਂ ਵੱਜੀ ਹੋਵੇ, ਜਿੱਦਾਂ ਉਹਨਾਂ ਨੇ ਮਤਲਬ ਹਥਿਆਰ ਦਾ ਕੀਤਾ ਆ, ਅਸੀਂ ਆਪਣੀ ਭੱਜ ਕੇ ਬਹੁਤ ਮੁਸ਼ਕਿਲ ਜਾਨ ਬਚਾਈ। ਦੋ ਜੀ, ਦੋ ਜਣੇ ਉਹ ਆਪ ਜੀ ਅਤੇ 3-4 ਅੰਨ ਪਛਾਤੇ ਉਹਨਾਂ ਨਾਲ ਮੁੰਡੇ ਜੀ। ਹਾਂਜੀ, ਪੁਲਿਸ ਹਜੇ ਤੱਕ ਨਹੀਂ ਆਈ। ਮੈਂ ਬਲਦੇਵ ਸਿੰਘ, ਸੁਰਪੁਰ ਟੱਪਰੀਆਂ। ਮੇਰਾ ਬੇਟਾ ਗੁਰਦਿਆਲ ਸਿੰਘ ਅਤੇ ਸਾਡਾ ਦੋਤਰਾ ਜਿਹੜਾ ਦੀਪਕ, ਇਹ ਸ਼ਹਿਰ ਕੋਈ ਸਮਾਨ ਲੈਣ ਵਾਸਤੇ, ਸਬਜ਼ੀ ਵਗੈਰਾ ਲੈਣ ਵਾਸਤੇ ਜਾ ਰਹੇ ਸੀਗੇ। ਟਾਈਮ ਕਰੀਬ 6:30-7 ਵਜੇ ਦਾ ਸੀ ਅਤੇ ਰਸਤੇ ਦੇ ਵਿੱਚ ਬਟਾਲ ਰੋਡ ਦੇ ਉੱਤੇ, ਬਟਾਲ ਰੋਡ ਦੇ ਨੂੰ ਘੇਰ ਕੇ ਲਵ ਅਤੇ ਜੋਬਨ ਪੁੱਤਰ ਜੋਗਿੰਦਰ ਸਿੰਘ ਉਰਫ ਕਾਲੇ ਵਾਸੀ ਸਕੂਲ ਟੱਪਰੀਆਂ, ਇਹਨਾਂ ਦੇ ਨਾਲ ਜਿਹੜੇ ਆ 2-3 ਬੰਦੇ ਜਿਹੜੇ ਅਣਪਛਾਤੇ ਸੀ, ਅਤੇ ਮੇਰੇ ਸਾਡੇ ਬੱਚਿਆਂ ਦੇ ਉੱਤਰ ਜਾਲ ਲੇਵਾ ਹਮਲਾ ਕੀਤਾ ਕਈ ਧਰ ਹਥਿਆਰਾਂ ਦੇ ਨਾਲ, ਜੋ ਕਿ ਇੱਥੇ ਫਤਿਹਗੜ੍ਹ ਚੂੜੀਆਂ ਜਿਹੜੇ ਲਾਜ ਨੇ। ਅਤੇ ਉਸ ਤੋਂ ਬਾਅਦ ਅੱਜ 19 ਘੰਟੇ ਬਾਅਦ ਉਹਨਾਂ ਨੇ ਝੂਠਾ ਹੀ ਮਤਲਬ ਆਪਣੇ ਮੁੰਡਿਆਂ ਦੇ ਸੱਟਾਂ ਬਾਹਰੋਂ ਲਵਾ ਕੇ ਕੱਟਣ, ਅਤੇ 19 ਘੰਟੇ ਬਾਅਦ ਫਤਿਹਗੜ੍ਹ ਚੂੜੀਆਂ ਹਸਪਤਾਲ ਦੇ ਵਿੱਚ ਦਾਖਲ ਕਰਵਾਏ। ਹਾਂਜੀ ਹਾਂਜੀ, ਅਤੇ ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ, ਅਤੇ ਜਿਨ੍ਹਾਂ ਨੇ ਝੂਠੀ ਆਪਣੇ ਘਰ ਹੀ ਉਹ ਕਿਤੇ ਵੱਢ ਕੇ ਛੱਬੀ ਬਣਵਾਈ ਆ, ਉਹਨਾਂ ਦੇ ਵਿੱਚ ਜਿਹੜਾ ਆ ਉਲਟ ਜਿਹੜਾ ਉਹਨਾਂ ਦੇ ਬਣਦਾ ਕੇਸ ਪਾਇਆ। ਮੇਰਾ ਨਾਮ ਦੀਪਕ ਆ, ਮੈਂ ਪਿੰਡ ਰਸੂਲਪੁਰ ਟੱਪਰੀਆਂ ਦਾ ਰਹਿਣ ਵਾਲਾ, ਅਤੇ ਮੈਂ ਫਤਿਹਗੜ੍ਹ ਜਾਣ ਦਿਆ ਸੀ ਆਪਣੇ ਮਾਮੇ ਨਾਲ, ਅਤੇ ਮੈਨੂੰ ਇੱਦਾਂ ਘੇਰ ਕੇ ਸਾਨੂੰ ਕੁੱਟਿਆ, ਸਾਨੂੰ ਨਹੀਂ ਪਤਾ ਸੀ ਇੱਦਾਂ ਇਹ ਕੰਮ ਹੋਣਾ, ਹੁਣ ਸਾਨੂੰ ਇਨਸਾਫ ਚਾਹੀਦਾ। 5-6 ਜਣੇ ਹੈਗੇ, ਦੋ ਪਹਿਲੇ ਹੋਇਆ ਸੀ, ਉਹ ਨਿਬੜ ਗਿਆ ਸੀ, ਹੁਣ ਇਹਨਾਂ ਨੇ ਜਾਣ ਕੇ ਲਿਆ ਇੱਦਾਂ, ਉਹਦੇ ਵਿੱਚ ਕਿਹਨੂੰ ਸੱਟਾਂ ਲੱਗੀਆਂ? ਉਹ 'ਚ ਵੀ ਮੈਨੂੰ ਲੱਗੀਆਂ। ਹਾਂਜੀ, ਨਹੀਂ ਨਹੀਂ ਪਹਿਲੇ ਉਹਨਾਂ ਨੇ ਦਿੱਤੀ, ਸਾਡੇ ਸੱਟਾਂ ਲੱਗਿਆ ਸਾਨੂੰ ਦੇ ਦਿੱਤੀਆਂ। ਪਹਿਲਾਂ ਜੀ ਝਗੜਾ, ਇਹ ਬੱਚੇ ਜਿਹੜੇ ਆ ਸਾਡੇ ਕੋਲ ਹੀ ਪੀਰ ਬਾਬਾ ਗਰੀਕਿਆ ਦੀ ਜਗ੍ਹਾ ਆ, ਉੱਥੇ ਸਾਰੇ ਉੱਥੇ ਕੈਮਰੇ ਲੱਗੇ ਹੋਏ ਆ, ਇਕੱਲੀ ਇਕੱਲੀ ਇੱਥੇ ਗੱਲ ਦਾ ਪਤਾ ਲੱਗਦਾ ਆ ਕਿ ਸਾਡਾ ਬੱਚਾ ਉੱਥੇ ਵੀਰਵਾਰ ਦੇ ਵਿਆਹ ਮੱਥਾ ਟੇਕਣ ਗਿਆ ਸੀਗਾ, ਅਤੇ ਮੱਥਾ ਟੇਕ ਕੇ ਜਿਉਂ ਪੌੜੀਆਂ ਤੋਂ ਥੱਲੇ ਉੱਤਰ ਕੇ ਆਪਣੀਆਂ ਚੱਪਲਾਂ ਪਾ ਕੇ, ਅਤੇ ਜਦੋਂ ਥੱਲੇ ਉਤਰਿਆ ਤਾਂ ਇਹ ਡੇਅਰੀ ਦੇ ਦੁੱਧ ਲੈਣ ਵਾਸਤੇ ਤੁਰੇ, ਅਤੇ ਇਹ ਜਿਹੜੇ ਦੂਜੇ ਆ ਜੋਬਨ ਉਹ ਲਵ ਅਤੇ ਜੋਬਨ, ਇਹਨਾਂ ਅੱਗੇ ਪ੍ਰੇਰਣਾ ਬਣਾਈ ਸੀ, ਇਹਨਾਂ ਦੇ ਨਾਲ 1-2 ਜਣੇ ਹੋਰ ਸੀਗੇ, ਉਹ ਵੀ ਫਿਲਮ ਦੇ ਵਿੱਚ ਆ, ਇਹਨਾਂ ਪਿੱਛੋਂ ਦੀ ਲੋਕ ਸਾਡੇ ਮੁੰਡੇ ਦੇ ਵਾਰ ਕੀਤੇ, ਇਹਨਾਂ ਦੇ 50 ਘੱਟੋ ਡੰਡੇ ਮਾਰੇ, ਇਹਨਾਂ ਦੇ ਬੈਟ ਮਾਰੇ, ਲਹੂ ਲੁਹਾਣ ਕੀਤਾ ਇਹਨਾਂ ਨੇ, ਵੀਡੀਓ ਉਹਨਾਂ ਦੀ ਪੂਰੀ ਪੂਰੀ ਵੀਡੀਓ ਬਣੀ ਹੋਈ ਆ ਉਹਨਾਂ ਦੀ, ਅਤੇ ਫਿਰ ਲਹੂ ਲੁਹਾਣ ਹੋ ਕੇ ਅਤੇ ਸਾਡੇ ਮੁੰਡੇ ਜਿਹੜੇ ਆਪਣੇ ਜਦੋਂ ਘਰ ਗਏ ਅਤੇ ਸਾਨੂੰ, ਹਾਂਜੀ, ਅਤੇ ਸਾਨੂੰ ਬਥੇਰਿਆਂ ਜਣਿਆਂ ਨੇ ਕਿਹਾ ਵੀ ਤੁਹਾਡਾ ਮੁੰਡਾ ਲਹੂ ਲੁਹਾਣ ਕੀਤਾ, ਮਾਰਿਆ, ਥਾਣੇ ਚੱਲ ਜਾਓ,
ਅਸੀਂ ਫਿਰ ਵੀ ਆਪਣੇ ਸਿਆਣਪ ਨੂੰ ਸਮਝਦਾ ਵੀ ਕੱਲ੍ਹ ਨੂੰ ਅਗਲਿਆਂ ਕਹਿਣਾ ਨਿਆਣੇ ਮੁੰਡਿਆਂ ਦੀ ਗੱਲ ਹੈ, ਛੱਡੋ ਛੱਡੋ। ਅਸੀਂ ਆਪਣੀ ਸ਼ਰਾਫਤ ਨੂੰ ਵਰਤਦੇ ਹੋਏ ਅਸੀਂ ਕੋਈ ਵੀ ਇਹਨਾਂ 'ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ, ਅਸੀਂ ਥਾਣੇ ਨਹੀਂ ਗਏ ਅਤੇ ਇਹਨਾਂ ਨੇ ਉਲਟੀ ਸਾਡੇ 'ਤੇ ਅਗਲੇ ਦਿਨ ਪੁਲਿਸ ਸਾਡੇ ਘਰ ਭੇਜਤੀ। ਉਸ ਤੋਂ ਬਾਅਦ ਕੋਈ ਸਾਡਾ ਫੈਸਲਾ ਨਹੀਂ ਬਣਿਆ। ਇਹ ਫਿਰ ਮੇਰਾ ਖਿਆਲ ਵੀ 12-15 ਦਿਨਾਂ ਬਾਅਦ, 15-17 ਦਿਨਾਂ ਬਾਅਦ ਫਿਰ, ਹਾਂਜੀ ਹਾਂਜੀ, ਅਤੇ 15-17 ਦਿਨਾਂ ਬਾਅਦ ਫਿਰ ਸਾਡੇ ਮੁੰਡਿਆਂ ਨੂੰ ਘੇਰ ਕੇ ਦੇਣਾ, ਸੱਟਾਂ ਲਾ ਦਿੱਤੀਆਂ ਅਤੇ 19 ਘੰਟਿਆਂ ਬਾਅਦ ਝੂਠਾ ਹੀ ਕਦੇ ਕੰਟਰ ਕੁੰਟਰ ਲਵਾ ਕੇ ਆ ਕੇ ਦਾਖਲ ਹੋ ਗਏ ਨਿਆਣੇ ਦੋਵਾਂ ਨੂੰ ਪਰਚਾ ਬਣਾਉਣ ਲਿਆ। ਅਸੀਂ ਇਹੋ ਹੀ ਸਰਕਾਰ ਕੋਲ ਮੰਗ ਕਰਦੇ ਹਾਂ ਵੀ ਇਹ ਝੂਠੇ ਪਰਚੇ ਨੂੰ ਜਿਹੜਾ ਇਹਨੂੰ ਘੋਖਿਆ ਜਾਵੇ, ਇਹਦੀ ਇਨਕੁਆਇਰੀ ਕੀਤੀ ਜਾਵੇ ਅਤੇ ਸਾਡੇ ਜਿਹੜੀ ਮੁੰਡੇ ਨੂੰ ਸੱਟਾਂ ਲਾਈਆਂ ਸਾਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਹਾਂਜੀ, ਇਹ ਮੇਰੇ ਬੇਟੇ ਦੇ ਨਾਲ ਮਤਲਬ ਕਿ ਪਹਿਲਾਂ ਸਭ ਤੋਂ ਝਗੜਾ ਹੋਇਆ ਸੀਗਾ, ਝਗੜਾ ਹੋਇਆ ਸੀ ਅਤੇ ਜਦੋਂ ਇਹਨਾਂ ਨੇ ਉਹਦੇ ਨਾਲ, ਇਹਨਾਂ ਦਾ 15-16 ਦਿਨ ਪਹਿਲਾਂ ਵੀ ਝਗੜਾ ਹੋਇਆ ਸੀ, ਮੇਰੇ ਬੇਟੇ ਨੂੰ ਇਹਨਾਂ ਨੇ ਮਾਰਿਆ ਸੀ 1 ਮਹੀਨਾ ਪਹਿਲਾਂ, ਮਤਲਬ ਕਿ ਮਾਰਿਆ ਸੀਗਾ। ਅਤੇ ਮੈਂ ਨਹੀਂ ਇਹਨਾਂ ਦੇ ਘਰ ਕੋਈ ਗੱਲਬਾਤ ਕਰਕੇ, ਮੈਂ ਹੱਥ ਜੋੜ ਕੇ ਵਾਪਸ ਆ ਗਈ। ਮੈਂ ਕਿਹਾ ਨਹੀਂ ਵੀ ਬੱਚੇ ਆ, ਪਿੰਡ ਦੇ ਵੀ ਆਪਣੇ ਵੀ ਇੱਕੋ ਜਿਹੇ ਆ। ਉਸ ਤੋਂ ਬਾਅਦ ਮੈਂ ਥੋੜ੍ਹਾ ਟਾਈਮ ਬਾਅਦ ਮੈਂ ਫਿਰ 12 ਤਰੀਕ ਨੂੰ ਵੀਰਵਾਰ ਨੂੰ ਇਹ ਪੀਰਾਂ ਦੀ ਦਰਗਾਹ 'ਤੇ ਇਹਨਾਂ ਦਾ ਝਗੜਾ ਹੋਇਆ, ਫਿਰ ਵੀ ਇਹ ਦੋਨੇ ਜਾਣੇ ਆਪਸ ਵਿੱਚ ਲੜੇ ਆ। ਅਤੇ ਜਦ ਲੜੇ ਆ ਅਤੇ ਅਸੀਂ ਕੋਈ ਨਹੀਂ, ਸਾਡੇ ਘਰ ਦਾ ਮੈਂਬਰ ਨਹੀਂ ਗਿਆ, ਬਕਾਇਦਾ ਵੀਡੀਓ ਸਾਡੇ ਕੋਲ ਆ, ਇਹਨਾਂ ਦੀਆਂ ਰਿਕਾਰਡਿੰਗਾਂ ਸਾਡੇ ਕੋਲ ਆ। ਇਹਨਾਂ ਦੀਆਂ ਵੀਡੀਓ ਦੇ ਵਿੱਚ ਇਹ ਆ ਕਿ ਇਹ ਸਾਡੇ ਘਰ ਕੁੱਟਮਾਰ ਕਰਨ ਆਏ, ਜਿੰਨਾ ਪਰਿਵਾਰ ਸਾਰੇ ਨਿੱਕੇ ਮੋਟੇ ਉਹ ਵੀਡੀਓ 'ਚ ਦੇਖਦੇ ਆ। ਉਸ ਤੋਂ ਬਾਅਦ ਮੈਂ ਇਹਨਾਂ ਦੀਆਂ ਰਿਕਾਰਡਿੰਗਾਂ ਵਗੈਰਾ ਸਾਡੇ ਕੋਲ ਹੈਗੀਆਂ ਵਾ, ਜਿਹਨਾਂ ਦੇ ਵਿੱਚ ਇਹ ਸਾਨੂੰ ਧਮਕਾ ਰਹੇ ਨੇ। ਠੀਕ ਆ, ਅਸੀਂ ਇਹਨਾਂ ਨਾਲ ਕੋਈ ਵਾਧਾ ਨਹੀਂ ਕੀਤਾ, ਅਸੀਂ ਇਹੋ ਸੋਚਿਆ ਕਿ ਸਾਡੇ ਪਿੰਡ ਦੇ ਬੱਚੇ ਆ, ਅਸੀਂ ਨਹੀਂ ਵਾਧਾ ਕਰਨਾ ਚਾਹੁੰਦੇ। ਪਰ ਰਾਤੀ ਇਹਨਾਂ ਨੇ ਫਿਰ ਲੜਾਈ ਦਾ ਕਾਰਨ ਵੀਰ ਜੀ ਕੋਈ ਨਹੀਂ ਸੀ, ਇਹ ਛੋਟੇ ਛੋਟੇ ਬੱਚੇ ਸੀ, ਬੱਚਿਆਂ ਦੇ ਨਾਲ ਉੱਧਰ ਉੱਧਰ ਗੱਲਾਂ ਬਾਤਾਂ ਕਰਦੇ ਕਿ ਤੂੰ ਇੱਦਾਂ ਤੂੰ ਇੱਦਾਂ, ਬਸ ਇਹਨਾਂ ਗੱਲਾਂ ਤੋਂ ਮਾਮੂਲੀ ਜਿਹੀਆਂ ਗੱਲਾਂ, ਕੋਈ ਵੱਡੀਆਂ ਗੱਲਾਂ ਵੀ ਹੈ ਨਹੀਂ ਆ ਵੀ ਆਪਾਂ ਕਿਸੇ ਦੇ ਧੀ ਪੁੱਤ 'ਤੇ ਕੋਈ ਰੋਗ ਲਾ ਦਈਏ ਜਾਂ ਕਿੱਦਾਂ ਵੀ ਆ। ਸਾਡੇ ਨਾਲ ਕੋਈ ਕਿਸੇ ਦਾ ਵੈਰ ਵਿਰੋਧ ਨਹੀਂ ਆ, ਨਾ ਉਸ ਪਰਿਵਾਰ ਦੇ ਨਾਲ ਹੀ ਆ। ਪਰ ਉਹਨਾਂ ਨੇ ਸਾਡੇ ਨਾਲ ਜੋ ਕੀਤਾ ਉਹ ਸਹੀ ਨਹੀਂ ਕੀਤਾ। ਸਾਨੂੰ ਇੱਕ ਵਾਰੀ ਵੀ ਪੁੱਛ ਲੈਂਦੇ ਨਾ ਕਿ ਤੁਸੀਂ, ਤੁਹਾਡਾ ਬੱਚਾ ਆ, ਉਹਨਾਂ ਨੇ ਆਹ ਹਰਕਤ ਕੀਤੀ ਆ, ਅਤੇ ਸਾਨੂੰ, ਅਸੀਂ ਆਪਣੇ ਬੱਚੇ ਨੂੰ ਵੀ ਡਾਂਟ ਸਕਦੇ ਹਾਂ, ਸਾਡੇ ਵਿੱਚ ਐਸਾ ਕੁਛ ਨਹੀਂ। ਰਾਤੀ ਵੀ ਇਹ ਦੁੱਧ ਲੈਣ ਗਿਆ ਦੋਨੇ ਭਰਾ, ਜਿਹੜੇ ਗਵਾਹ ਤੁਹਾਨੂੰ ਚਾਹੀਦੇ ਉਹ ਵੀ ਹੈਗੇ ਸਾਡੇ ਕੋਲ, ਇਹ ਡੇਰੀ ਤੋਂ ਦੁੱਧ ਲੈਣ ਗਏ ਆ ਸੜਕ, ਹਾਂਜੀ ਬਾਰ ਬਾਰ ਡੇਰੀ ਪਿੰਡ ਤੋਂ ਸੜਕ ਦੇ ਉੱਪਰ, ਉੱਥੇ ਬਹੁਤ ਜਾਣੇ ਗਵਾਹ ਆ। ਅਸੀਂ ਉੱਥੇ ਹੈ ਨਹੀਂ ਉਸ ਟਾਈਮ 'ਤੇ, ਇਹ ਗੱਡੀ ਲੈ ਕੇ ਗਿਆ, ਗੱਡੀ 'ਚ ਇਹਨਾਂ ਨੇ ਹਥਿਆਰ ਕੱਢ ਕੇ ਇਹਨਾਂ 'ਤੇ ਵਾਰ ਕੀਤਾ। ਉਸ ਤੋਂ ਬਾਅਦ ਮੈਂ ਫਿਰ, ਤੁਹਾਨੂੰ ਪਤਾ ਜਦੋਂ ਵੱਜਦੀਆਂ ਤਾਂ ਫਿਰ ਦੋਨਾਂ 'ਤੇ ਇੱਕੋ ਜਿਹੀਆਂ ਹੋ ਜਾਂਦੀਆਂ, ਇਹਨਾਂ ਨੇ ਵੀ ਉਹਨਾਂ ਦੇ ਮਾਰੀਆਂ ਅਤੇ ਉਹਨਾਂ ਨੇ ਵੀ ਮਾਰੀਆਂ, ਅਤੇ ਇਹ ਮਾਰ ਕੇ ਅਤੇ ਇੱਥੇ ਆ ਗਏ। ਹਾਂਜੀ, ਅਤੇ ਅਸੀਂ ਮਤਲਬ ਕਿ ਇਹ ਕੀਤਾ ਕਿ ਅਸੀਂ ਰਾਤ ਡਰਦੇ ਨਹੀਂ ਆਏ, ਆਪਾਂ ਕਿਹਾ ਵੀ ਤੱਤੇ ਤੱਤੇ ਘਾ ਕੇ ਇਹਦੇ ਪਿੱਛੇ ਜਾਵਾਂਗੇ ਅਤੇ ਫਿਰ ਉਹ ਕੰਮ ਹੋਊਗਾ, ਇਸ ਕਰਕੇ ਅਸੀਂ ਇਹੋ ਜਿਹਾ ਕੁਛ ਨਹੀਂ ਕਰਨਾ ਚਾਹੁੰਦੇ। ਖੁਦ ਸੱਟ ਲਾ ਕੇ ਨਹੀਂ ਆਏ ਸਰ, ਅਸੀਂ ਖੁਦ ਨਹੀਂ ਸੱਟ ਲਾਏ। ਖੁਦ ਸੱਟ ਕੋਈ ਮਾਂ ਲਾ ਸਕਦੀ ਆਪਣੇ ਬੱਚੇ ਦੇ, ਜਾਂ ਕੋਈ ਲਵਾ ਸਕਦਾ ਹੈ? ਅਸੀਂ ਕੁਛ ਨਹੀਂ, ਇਹੋ ਜਿਹਾ ਕੁਛ ਨਹੀਂ ਆ। ਸਿਰਫ ਸਾਡਾ ਬੱਚਾ, ਆਪਾਂ ਸਿਰਫ ਲੁਕੋਇਆ ਸੀ ਰਾਤ ਦਾ, ਕਿ ਰਾਤ ਸਾਰੀ ਦਾ ਇਹਦੇ ਫੋਨ 'ਚ ਆਉਂਦਾ ਪਿਆ ਸੀ। ਮੈਂ ਡਰਦੀ ਨਹੀਂ ਆਈ ਕਿ ਮੇਰੇ ਨਾਲ, ਮਤਲਬ ਕਿ ਮੇਰੇ ਬੱਚਿਆਂ ਦੇ ਨਾਲ ਕੋਈ ਵਾਰਦਾਤ ਨਾ ਹੋ ਜਾਵੇ, ਕਿਉਂਕਿ ਤੱਤੇ ਤੱਤੇ ਘਾਹ ਵੀਰ ਜੀ ਬਹੁਤ ਕੁਛ ਹੋ ਜਾਂਦਾ, ਇਸ ਕਰਕੇ ਆਪਾਂ ਨਹੀਂ ਆਏ। ਬਾਕੀ ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈ ਕਿ 19 ਘੰਟਿਆਂ ਬਾਅਦ ਆਏ ਰਾਤ। ਹਾਂਜੀ, ਘਰੇ ਹੀ ਸੀ, ਅਸੀਂ ਕਿਤੇ ਨਹੀਂ ਗਏ। ਹਾਂਜੀ, ਅਸੀਂ ਦੁਪਹਿਰੇ 2 ਵਜੇ। ਹਾਂਜੀ, ਫਿਰ ਅਸੀਂ ਇਹਦਾ ਤਾਂ ਕੁਛ ਨਾ ਕੁਛ ਕਰਾਉਣਾ ਹੀ ਸੀ ਨਾ, ਆਪਣੇ ਬੱਚੇ ਦਾ ਵੀ। ਜਦੋਂ ਸਾਡੇ 'ਤੇ ਕੋਈ ਮਤਲਬ ਕਿ ਕਰੀ ਜਾਣ ਡਿਆ, ਕਰੀ ਜਾਣ ਡਿਆ, ਤਾਂ ਆਪਾਂ, ਤੁਹਾਨੂੰ ਪਤਾ, ਫਿਰ ਚੁੱਪ ਹੀ ਬੈਠੇ ਰਹਿੰਦੇ।
ਹਾਂਜੀ ਅਸੀਂ ਵੀ ਹਸਪਤਾਲ ਹੀ ਆਉਣਾ ਹੈ, ਫਿਰ ਅਸੀਂ ਕਿੱਥੇ ਜਾਣਾ ਹੈ? ਸਹੀ ਗੱਲ ਇਹ ਡੇਅਰੀ ਦੇ ਦੋਵੇਂ ਭਰਾ ਦੁੱਧ ਲੈਣ ਗਏ ਅਤੇ ਅਸੀਂ ਉੱਥੇ ਆ ਕੇ ਖਲੋਤੇ ਅਸੀਂ ਅਤੇ ਆਂਡਾ ਰੇੜੀ ਲੱਗੀ ਉਹਦੇ ਤੋਂ ਆਂਡੇ ਖਾਂਦੇ, ਆਂਡੇ ਖਾ ਕੇ ਅਤੇ ਮੁੰਡਾ ਕਈ ਉੱਥੇ ਵਾਹੁੰਦਾ ਸੀ, ਮਤਲਬ ਗੋਡੀ ਖਾਂਦਾ ਅਤੇ ਸਫਾਈ ਖਾਂਦਾ ਸੀ ਕਈ ਕਿਹੜਾ ਨਹੀਂ ਦੋਵੇਂ ਆਏ ਅਤੇ ਉਹ ਗੱਡੀ 'ਤੇ ਆਏ ਦੋਵੇਂ ਜਣੇ, ਜਿਹਨਾਂ ਨੇ ਹਥਿਆਰ ਕੱਢੇ ਜਿਹਨਾਂ ਨੇ ਬਚਾ ਦਿਆ ਦਾ ਵਾਰ ਕੀਤਾ, ਅਸੀਂ ਆਪਣੇ ਬਚਾਅ 'ਤੇ ਆਏ ਅੱਗੋਂ ਬਿਨਾਂ ਕੁਝ ਕਹਿ ਤੇ ਸਾਡੇ ਕੋਲ ਬਾਕੀ ਉੱਥੇ 15-20 ਜਣੇ ਸਾਡੇ ਪਿੰਡ ਦੇ ਸਾਰੇ ਸਬੂਤ ਦੇ ਹੈਗੇ ਆ ਉਹਦੇ ਕੋਈ ਗੱਲ ਟੈਂਸ਼ਨ ਨਹੀਂ, ਬਾਕੀ ਸਾਰਾ ਸਬੂਤ ਹੈਗੇ ਸਾਡੇ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਰਾਤੀ ਅੱਜ ਇੱਥੇ ਦਫ਼ਤਰ ਵਿੱਚ ਹਾਂਜੀ ਦਾਲ ਅਸੀਂ ਉਸੇ ਟਾਈਮ ਦੱਦ ਨਹੀਂ ਆਏ ਨਾ, ਮਤਲਬ ਤੱਤੇ ਉਹਦੇ ਘਰ ਦੱਦ ਨਹੀਂ ਆਏ ਢੇਰ ਨਾ ਬੜੀ ਕਿੱਟੀ ਕੀਤੀ ਉਹਦੇ ਕਰਕੇ ਅਸੀਂ ਰਾਤੀ ਦੱਸ ਬਾਹਰੋਂ ਬੰਦੇ ਆਏ ਇਹਨਾਂ ਨੂੰ ਅਤੇ ਜਿੱਦਣ ਪਹਿਲਾਂ ਲੜਾਈ ਹੋਈ ਅਤੇ ਉਦੋਂ ਵੀ ਇਹਨਾਂ ਨੂੰ ਬਾਹਰੋਂ ਬੰਦੇ ਆਏ ਅਤੇ ਸਾਡੇ ਘਰਾਂ ਦਾ ਚੱਕਰ ਮਾਰਦੇ ਗੇੜੇ ਮਾਰਦੇ ਅਤੇ ਉਦੋਂ ਵੀ ਆਪਾਂ ਠਾਣੇ ਵੀ ਦਰਦਾਸ਼ ਦਿੱਤੀ ਪਰ ਸਾਡੀ ਸੁਣਾਈ ਨਹੀਂ ਹੋਈ ਹਾਂਜੀ ਸਾਡੀ ਮੰਗ ਇਹ ਆ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਸਾਡੇ ਸਾਡੇ ਬੱਚਿਆਂ ਦੇ ਨਾਲ, ਮਤਲਬ ਕਿ ਇੱਦਾਂ ਜਿੱਦਾਂ ਇਹਨਾਂ ਨੇ ਕੀਤਾ ਘਰ ਆਣ ਕੇ ਸਾਡੀ ਗੱਲ ਪਏ ਆ, ਇੱਦਾਂ ਨਹੀਂ ਸੀ ਇਹਨਾਂ ਨੂੰ ਕਰਨਾ ਚਾਹੀਦਾ, ਸਾਨੂੰ ਇਨਸਾਫ ਚਾਹੀਦਾ ਵੀ ਗਾਂਹ ਸਾਡੇ ਬੱਚਿਆਂ ਨਾਲ ਕੋਈ ਇੱਦਾਂ ਦੀ ਘਟਨਾ ਨਾ ਵਾਪਰੇ। ਹਾਂਜੀ ਅਸੀਂ 12 ਤਰੀਕ ਨੂੰ ਰਿਪੋਰਟ ਕਰਾਈ ਨਹੀਂ ਦੱਸਿਆ ਨਹੀਂ, ਆਪਾਂ ਤੁਹਾਨੂੰ ਦੱਸਿਆ ਕਿਤੇ ਵੀ ਨਹੀਂ ਗਏ ਅਸੀਂ, ਡਰਦੇ ਕਿ ਸੱਟ ਫੇਟ ਨਾ ਲੱਗ ਜੇ, ਤੁਹਾਨੂੰ ਪਤਾ ਤੱਤੇ ਤੱਤੇ ਘਾਹ ਬਹੁਤ ਕੁਛ ਹੋ ਜਾਂਦਾ ਗੁੱਸੇ ਦੇ ਵਿੱਚ। ਹਾਂਜੀ 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 ਦੱਸਣਾ ਹੁੰਦਾ ਵਾ, ਪਰ ਅਸੀਂ ਇਸ ਕਰਕੇ ਨਹੀਂ ਦੱਸਿਆ, ਅਸੀਂ ਕਿਹਾ ਪਹਿਲਾਂ ਹੀ ਰਿਪੋਰਟ ਲਿਖਾਈ। ਸਾਡੇ ਵਿੱਚ ਇਹੋ ਜਿਹਾ ਕਦੀ ਕੋਈ ਝਗੜਾ ਵਗੜਾ ਹੋਇਆ ਹੀ ਨਹੀਂ ਕਿ ਜਿਹੜਾ ਸਾਨੂੰ ਕਿਸੇ ਚੀਜ਼ ਦਾ ਪਤਾ ਵਾ, ਅਸੀਂ ਤਾਂ ਸਾਨੂੰ ਤਾਂ ਇਹਨਾਂ ਚੀਜ਼ਾਂ ਦਾ ਹੀ ਨਹੀਂ ਪਤਾ, ਆਹਦੇ ਸਾਨੂੰ ਪਹਿਲੀ ਵਾਰ ਇਹਨਾਂ ਨੇ ਆਹ ਕੰਮ ਦਿਖਾਇਆ, ਸਾਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ। ਮੇਰਾ ਨਾਮ ਜੋਬਨ ਹੈ ਅਤੇ ਮੈਂ ਅਤੇ ਮੇਰਾ ਭਰਾ ਦੁੱਧ ਲੈਣ ਜਾਂਦੇ ਸੀ ਡੇਰੀ 'ਤੇ, ਅਤੇ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਜਿਹੜੇ 2 ਮੈਂਬਰ ਆ ਦੀਪਕ ਅਤੇ ਗਾਲੇ, ਅਤੇ ਉਹਨਾਂ ਨੇ ਆ ਕੇ ਸਾਡੇ 'ਤੇ ਵਾਰ ਕੀਤਾ, ਗੱਡੀ 'ਚੋਂ ਨਿਕਲ ਕੇ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕੀਤਾ, ਅਤੇ ਅਸੀਂ ਆਪਣੇ ਬਚਾਅ ਲਈ ਆਪਣਾ ਬਚਾਅ ਕਰਕੇ ਅਤੇ ਬਚਾਅ ਆਪਣਾ ਕੀਤਾ। ਉਹ 2 ਜਣੇ ਜਿਹੜੇ ਸਾਡੇ 2 ਜਣੇ ਗੱਲ ਪਏ ਅਤੇ ਬਾਕੀ ਉਹਨਾਂ ਦੇ ਜੀ ਮਗਰ ਹੀ ਗੱਡੀ 'ਚੋਂ ਮਗਰ ਲਾਏ ਮੇਰੇ, ਇੱਦਾਂ ਹੀ ਇਹਨਾਂ ਨੇ ਡੰਡੇ ਮਾਰੇ ਅਤੇ ਬਾਕੀ ਬਚਾਅ ਹੋ ਗਿਆ, ਜ਼ਖਮ ਵਾਲੀ ਸੱਟ ਨਹੀਂ। ਸਰ ਮੈਂ ਜਦੋਂ ਅੱਜ 2 ਵਜੇ ਮੇਰੀ ਡਿਊਟੀ ਸ਼ੁਰੂ ਹੋਈ ਉਦੋਂ ਇੱਕ ਪੇਸ਼ੈਂਟ ਬਲਜਿੰਦਰ ਸਿੰਘ ਸਨ ਆਫ ਜੋਗਿੰਦਰ ਸਿੰਘ ਅਤੇ ਰਸੂਲਪੁਰ ਟੱਪਰੀਆਂ ਦਾ ਰਹਿਣ ਵਾਲਾ, ਇਹ ਇੱਕ ਪੇਸ਼ੈਂਟ ਮੇਰੇ ਕੋਲ ਆਇਆ ਅਤੇ ਉਹਦੇ ਇੱਕ ਬਾਂਹ 'ਤੇ ਸੱਟ ਸੀਗੀ ਅਤੇ ਆਪਾਂ ਉਹਨੂੰ ਦਾਖਲ ਕੀਤਾ। ਰਾਤ 'ਚ ਹੀ 2 ਪੇਸ਼ੈਂਟ ਆਏ ਨੇ, ਇੱਕ ਗੁਰਦਿਆਲ ਅਤੇ ਇੱਕ ਦੀਪਕ। ਇਹਨਾਂ ਬਾਰੇ ਰਾਤ ਵਾਲੇ ਡਾਕਟਰ ਸਾਹਿਬ ਨੂੰ ਪਤਾ, ਉਹਨਾਂ ਨੇ ਕਿਉਂਕਿ ਰਾਤ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਦਾ ਮੈਡੀਕਲ ਕੀਤਾ, ਮੇਰੇ ਕੋਲ ਸਿਰਫ ਇੱਕੋ ਪੇਸ਼ੈਂਟ ਆਏ ਨੇ ਬਲਜਿੰਦਰ ਸਿੰਘ, ਉਹਦੇ ਬਾਂਹ 'ਤੇ ਸੱਟ ਆ ਅਤੇ ਬਾਕੀ ਉਹਦੇ ਗੁੱਜੀਆਂ ਸੱਟਾਂ ਹੈਗੀਆਂ। ਐਮ ਐਲ ਆਰ ਹਾਂਜੀ ਅਸੀਂ ਮੈਡੀਕਲ ਲੀਗਲ ਉਹਨਾਂ ਦਾ ਕਰਤਾ ਜੀ, ਐਗਜ਼ਾਮੀਨੇਸ਼ਨ ਕਰਤਾ।